ਮੇਤੋਂ ਕੋਈ ਬਾਅਦ ਕੋਈ ਕੱਪੜੇ ਵੇਚਣ ਵਾਲੇ ਆਉਂਦੇ ਆ, ਉਹਨਾਂ ਨਾਲ ਕਿਤੇ ਵੀ ਇੱਥੇ ਕੱਪੜੇ ਵੀ ਲਏ ਆ, ਬੈਠੇ ਵੀ ਹੈਗੇ ਆ ਉਹ। ਮੈਂ ਬਈ ਮੇਰੀ ਨੂੰਹ ਕਰਨੀ ਆਪਣੇ ਬੱਚੇ ਸਮਝੇ ਨਾ। ਬੱਚੇ ਮੇਰੀ ਦੋ ਗੁੜੀਆਂ ਜੀ, ਇੱਕ ਹੈਗੀ 7 ਸਾਲ ਦੀ ਜੀ, ਇੱਕ ਹੈਗੀ 2.5 ਸਾਲ ਦੀ। ਸਾਡੇ ਨੂੰਹ ਲੱਭਣਾ ਚਾਹੀਦੀ ਹੈ, ਛੋਟੇ ਛੋਟੇ ਬੱਚੇ ਨੂੰ ਮੈਂ ਸਮਝ ਨਹੀਂ ਸਕਦੀ ਇਹਨਾਂ ਨੂੰ। ਮੇਰਾ ਸਿਆਣਾ ਸਰੀਰ ਬਿਮਾਰ ਨਹੀਂ, ਬੀਪੀ ਵੱਧਦਾ ਮੇਰਾ। ਸਰ ਅਸੀਂ ਨਾ ਮਤਲਬ ਵੀ ਮੈਂ ਸਵੇਰੇ ਚੱਲ ਜਾਂਦਾ ਕੰਮ 'ਤੇ, ਮੈਂ ਦਿਹਾੜੀ ਲਾਉਂਦਾ ਜੀ, ਠੀਕ ਹੈ। ਤਾਂ ਉਹ ਪਤਾ ਨਹੀਂ ਵੀ ਮੇਤੋਂ ਕੋਈ ਬਾਅਦ ਕੋਈ ਕੱਪੜੇ ਵੇਚਣ ਵਾਲੇ ਆਉਂਦੇ ਆ, ਉਹਨਾਂ ਨਾਲ ਕਿਤੇ ਵੀ ਕਿੱਥੇ ਕੱਪੜੇ ਵੀ ਲਏ ਆ, ਬੈਠੇ ਵੀ ਹੈਗੇ ਆ ਉਹ, ਵੀ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ, ਉਹ ਤੋਂ ਬਾਅਦ ਉਹ ਮਿਲਦੀ ਨਹੀਂ ਪਈ ਸਾਨੂੰ। ਯਾਨੀ ਕਿ ਤੁਹਾਨੂੰ ਸ਼ੱਕ ਹੈ ਕਿ ਉਹ ਕੱਪੜੇ ਜਿਹੜੇ ਵੇਚਣ ਵਾਲੇ ਤੁਹਾਡੀ ਵਾਈਫ ਨੂੰ ਕਿਤੇ ਕਿਡਨੈਪ ਕਰਕੇ? ਹਾਂਜੀ ਹਾਂਜੀ। ਅਤੇ ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਮੇਰੇ ਮੰਮੀ ਹੈ, ਇੱਕ ਮੈਂ ਰਹਿੰਦਾ, ਇੱਕ ਬਰਦਰ ਰਹਿੰਦਾ ਛੋਟਾ ਬਸ। ਉਸ ਵਕਤ ਘਰ ਵਿੱਚ ਕੋਈ ਮੌਜੂਦ ਸੀਗਾ? ਕੋਈ ਨਹੀਂ ਮੌਜੂਦ ਨਹੀਂ। ਤੁਹਾਡੇ ਬੇਟੀਆਂ ਬੱਚੇ ਕਿੰਨੇ ਆ? ਬੱਚੇ ਮੇਰੀ ਦੋ ਗੁੜੀਆਂ ਜੀ। ਕਿੰਨੇ ਕਿੰਨੇ ਸਾਲ ਦੇ? ਇੱਕ ਹੈਗੀ 7 ਸਾਲ ਦੀ ਜੀ, ਇੱਕ ਹੈਗੀ 2.5 ਸਾਲ ਦੀ। ਅਤੇ ਤੁਹਾਡੀ ਵਾਈਫ ਦਾ ਨਾਮ ਕੀ ਸੀ? ਸੋਨੀਆ। ਅਤੇ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ? 10 ਸਾਲ ਹੋ ਗਏ ਜੀ। ਅਤੇ ਹੁਣ ਇਸ ਵਿਸ਼ੇ ਤੁਸੀਂ ਕਦੇ ਕਿਸੇ ਨੂੰ ਸ਼ਿਕਾਇਤ ਕੀਤੀ? ਸ਼ਿਕਾਇਤ ਕੀਤੀ ਜੀ ਸਰ। ਕੋਈ ਕਾਰਵਾਈ ਹੋਈ? ਕਾਰਵਾਈ ਕੋਈ ਨਹੀਂ ਹੋਈ, ਅੱਜ 9ਵਾਂ ਦਿਨ ਹੈ ਜੀ। ਅਤੇ ਕੀ ਤੁਹਾਨੂੰ ਲੱਗਦਾ ਖਤਰਾ ਕਿ ਤੁਹਾਡੀ ਵਾਈਫ? ਖਤਰਾ ਹੈਗਾ ਜੀ ਉਹਨੂੰ, ਮੈਨੂੰ ਨਹੀਂ ਲੱਗਦਾ, ਜਾਂ ਤਾਂ ਮਾਰ ਦਿੱਤੀ ਹੈ ਤਾਂ ਜਾਂ ਮੈਨੂੰ ਕਲੀਅਰ ਕੀਤਾ ਜਾਵੇ। ਪੁਲਿਸ ਤੋਂ ਕੀ ਮੰਗ ਕਰਦੇ ਹੋ? ਮੰਗ ਇਹੀ ਕੀਤਾ ਜਾਵੇ ਮੈਨੂੰ ਉਹ ਲਿਆਂਦੀ ਜਾਵੇ, ਮੇਰੇ ਬੱਚੇ ਛੋਟੇ ਛੋਟੇ ਰਹਿੰਦੇ ਨਹੀਂ ਪਏ। ਨਾਮ ਤੁਹਾਡਾ? ਚੰਚਲਾ। ਮਾਤਾ ਜੀ, ਤੁਹਾਡੀ ਨੂੰਹ ਕਿੰਨੇ ਦਿਨ ਤੋਂ ਲਾਪਤਾ? 9 ਦਿਨ ਹੋਈ ਗਏ ਜੀ। ਅੱਜ ਤੱਕ ਕੁਛ ਨਹੀਂ ਪਤਾ ਲੱਗਾ? ਹਾਂਜੀ, ਕੁਛ ਨਹੀਂ ਪਤਾ ਲੱਗਾ। ਤੇ ਕੀ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਨੂੰਹ ਉਸ ਵਕਤ ਤੁਸੀਂ ਕਿੱਥੇ ਸੀ ਜਦੋਂ ਲਾਪਤਾ ਹੋਏ? ਹਾਂਜੀ, ਮੈਂ ਕਿਸੇ ਦੇ ਘਰ ਬੈਠੀ ਸੀ। ਉਸ ਵਕਤ ਘਰ ਵਿੱਚ ਕੋਈ ਵੀ ਨਹੀਂ? ਹਾਂਜੀ, ਕੋਈ ਨਹੀਂ ਸੀ। ਤੇ ਕੀ ਤੁਹਾਨੂੰ ਸ਼ੱਕ ਹੈਗਾ ਕਿਸੇ ਤੇ? ਕੀ ਸ਼ੱਕ? ਤਾਂ ਸਾਨੂੰ ਕੱਪੜੇ ਵੇਚਣ ਵਾਲੇ ਆਉਂਦੇ ਬਸ ਇਹੀ ਹੈ। ਲੱਗਦਾ ਤੁਹਾਡੀ ਨੂੰਹ ਨੂੰ ਉਹ ਲੈ ਕੇ ਗਏ? ਇਹ ਨਹੀਂ ਨਾ ਪਤਾ ਲੱਗਦਾ ਵੀ ਉਹ ਲੈ ਕੇ ਗਏ ਕਿ ਨਹੀਂ। ਕੀ ਮੰਗ ਕਰਦੇ ਹੋ ਤੁਸੀਂ ਪੁਲਿਸ? ਅਸੀਂ ਸਾਡੇ ਨੂੰਹ ਲੱਭਣਾ ਚਾਹੀਦੀ ਹੈ, ਛੋਟੇ ਛੋਟੇ ਬੱਚੇ ਨੂੰ ਮੈਂ ਸਮਝ ਨਹੀਂ ਸਕਦੀ ਇਹਨਾਂ ਨੂੰ। ਮੇਰਾ ਸਿਆਣਾ ਸਰੀਰ ਬਿਮਾਰ ਨਹੀਂ, ਬੀਪੀ ਵੱਧਦਾ ਮੇਰਾ। ਸਾਡੇ ਜਿਹੜੀ ਲੇਡੀਜ਼ ਗੁੰਮ, ਉਹਦਾ ਨਾਂ ਹੈਗਾ ਸੋਨੀਆ, ਵਾਈਫ ਆਫ ਜੀਵਨ ਕੁਮਾਰ। ਜੀਵਨ ਕੁਮਾਰ ਨੇ ਸਾਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਉਹਦੀ ਜਿਹੜੀ ਵਾਈਫ ਹੈ ਜਿਹੜੀ ਘਰੋਂ ਚਲੀ ਗਈ ਹੈ, ਅਤੇ ਉਹਦੀ ਜਿਹੜੀ ਉਮਰ ਹੈਗੀ ਕਰੀਬ 29 ਸਾਲ ਉਹਦੀ ਉਮਰ ਹੈਗੀ, 2 ਉਹਦੇ ਬੱਚੇ ਹੈਗੇ ਆ। ਉਸ ਸੰਬੰਧੀ ਅਸੀਂ ਜਿਹੜੀ ਇਹਦੀ ਰੱਪੜ ਜਿਹੜੀ ਸੀ ਆਪਣੀ ਜਿਹੜੀ ਗੁੰਮਸ਼ੁਦਗੀ ਰੱਪੜ ਦੀ ਲਿਖੀ ਹੋਈ ਹੈ, ਜਿਹੜਾ ਉਹਦਾ ਫੋਨ ਨੰਬਰ ਸੀ, ਜਿਹੜੇ ਜਿਹੜੇ ਬੰਦਿਆਂ 'ਤੇ ਸ਼ੱਕ ਕੀਤੇ ਉਹ ਸਾਰਿਆਂ ਨੂੰ ਅਸੀਂ ਬੁਲਾ ਕੇ ਕੋਸ਼ਿਸ਼ ਕੀਤੀ, ਅਤੇ ਬਾਕੀ ਹੁਣ ਗਾਹ ਵੀ ਕੋਸ਼ਿਸ਼ ਜਾਰੀ ਹੈ। ਇਹਨੂੰ ਛੇਤੀ ਤੋਂ ਛੇਤੀ ਜਿਹੜਾ ਕੁਛ ਲੱਭਣ ਦੀ ਕੋਸ਼ਿਸ਼, ਹਰ ਟੈਕਨੀਕਲ ਤਰੀਕੇ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਜਾਊਗੀ, ਔਰ ਲੱਭ ਕੇ ਬਾਹਰ ਸਿੰਘ ਹਵਾਲੇ ਕੀਤੀ ਜਾਊਗੀ। ਇਸੇ ਬਾਰੇ ਸਾਡੇ ਕੋਲ ਐਸੀ ਕੋਈ ਸੂਚਨਾ ਨਹੀਂ ਹੈਗੀ ਕਿ ਇੱਦਾਂ ਦਾ ਕਤਲ ਹੋਇਆ ਹੋਵੇ, ਅਤੇ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਦੇਖ ਰਹੇ ਹਾਂ, ਕਿਉਂਕਿ ਜਿਹੜੀ ਇਹਦੇ ਪਿੱਛੇ ਬੰਦੇ ਨਾਲ ਦੀ ਗੱਲਬਾਤ ਹੋਈ ਸੀ, ਉਹ ਬੰਦੇ ਨੇ ਕਿਹਾ ਸੀ ਕਿ ਜਿਹੜੇ ਰਾਜਸਥਾਨ ਜਾਣਾ ਹੈਗਾ, ਉਹਦੇ ਵਿੱਚ ਬੰਦੇ ਨੂੰ ਅਸੀਂ ਬੁਲਾਇਆ, ਪੁੱਛਗਿੱਛ ਕੀਤੀ ਹੈ, ਹੁਣ ਵੀ ਉਹਨੂੰ ਥਾਣੇ ਬੁਲਾਇਆ ਹੋਇਆ, ਉਹਦੀ ਪੁੱਛਗਿੱਛ ਬਰਾਬਰ ਕਰ ਰਹੇ ਹਾਂ। ਜਦੋਂ ਵੀ ਕੋਈ ਸਲਾਗ ਲੱਗਦਾ ਹੈ ਉਹਨੂੰ ਛੇਤੀ ਛੇਤੀ ਇਹਨਾਂ ਦੇ ਉਹਨੂੰ ਲਿਆ ਕੇ ਉੱਥੇ ਕਿਤੇ ਵੀ ਹੋਇਆ ਲਿਆ ਕੇ ਬਾਰਸਾਂ ਦੇ ਹਵਾਲੇ ਕੀਤੀ ਜਾਵੇਗੀ।